अज असीं तुहानूं लैके चल रहे हाँ फैशन ब्यूटी हेयर सैलून एंड लहंगा हाउस, जो कि बागा पुराना रोड भगता भाई का जिला बठिंडा विखे है। इत्थे फेशियल, हेयर कटिंग, हेयर कलरिंग, हेयर रिबाउंडिंग, वाटरप्रूफ मेकअप आदि किया जाता है और लड़कियों को पार्लर का काम सिखाया जाता है। इत्थे लहंगा चोली, ब्राइडल सैट, लांचा गाउन, जागो, घगरे, अचकन, शेरवानी किराए पर मिलते हैं। फैशन ब्यूटी हेयर सैलून में काम करके तुसी भी अपना भविष्य उज्जवल बना सकते हो। साड़ी टीम ने इतों के ओनर नाल गलबात की, जिन्होंने सानू फैशन ब्यूटी हेयर सैलून और लहंगा हाउस बारे विस्तार से जानकारी दी। फैशन लहंगा हाउस तो साडा सलून फैशन लहंगा हाउस साढ़े को नवे नवे डिजाइना के लहंगे गाउन शेरवानिया बहुत ही वधिया डिजाइन फिल्मी डिजाइन च लहंगे मिल जाते। फिल्मी डिजाइन च गाउन रेंट ते लेना होवे चाहे किराए ते मॉल लेना होवे सब तरह के डिजाइन फैंसी तो फैंसी डिजाइन साढ़े को मिलने जिस तरह का मर्जी डिजाइन का लहंगा। दर्शकों असी पहुंचे अज फैशन सलून लहंगा हाउस दे विच और असी गल करन जा रहे हैं इत्थों दे मैडम जिहड़े सलून नूं रन कर रहे ने। मैडम तुहाडा स्वागत है। जिहड़ा ये सलून ते हेयर जिहड़ा ये ट्रेनिंग जिहड़ी अकैडमी हैगी आ तुहाडा स्वागत है साडे स्पैशल शो 'च। भैन जी जिस तरीके दे नाल अज ट्रेंड है लोगों का बाहर जाण दा, की सोचदे तुसीं कि ऐसे ही कोर्स करके बच्चा बाहर जाता तो वो लिए एक स्कोप रहा बाहर जाके क्योंकि आईलैट्स के बैन लैन का नो डाउट पढ़ाई के सहाय होंगे पर जो ये अपने ब्यूटी कोर्सिज ने जिन्होंने करके वह अपने योगा तो होंगे ही होंगे लोगों की सर्विस करके भी वो अपने आपू अपने रोजगार का साधन बना सकता। हाँ जी सर, असी काफ़ी टाइम तो यह पार्लर चला रहे हैं, अपना सैलून चला रहे हैं, 10-15 साल हो गए। बहुत लड़कियाँ अपने कोम सीखी बहर जाके और अपना काम कर रही हैं और अपने पैरों से खड़िया हो चुकी है। ਕੁਛ ਫਾਇਦੇ ਵੀ ਹੁੰਦੇ ਕੁਛ ਨੁਕਸਾਨ ਵੀ ਹੁੰਦੇ ਆ ਸਾਰਾ ਕੁਛ ਸੇਮ ਹੀ ਚੱਲੀ ਜਾਂਦਾ ਹੈ ਪਰ ਬਿਊਟੀ ਦੇ ਵਿੱਚ ਬਾਕੀ ਉਹਨਾਂ ਦੀ ਜਿਹੜੀ ਕਿ ਮੰਨ ਲਓ ਸਕਿਨ ਕਦੇ ਖਰਾਬ ਵੀ ਹੁੰਦੀ ਉਹਦੇ ਕਾਫੀ ਸਾਰੇ ਇੱਦਾਂ ਦੇ ਪ੍ਰੋਡਕਟ ਆਉਂਦੇ ਕਿ ਆਪਣੀ ਉਹ ਸਕਿਨ ਨੂੰ ਠੀਕ ਕਰਨ ਵਾਸਤੇ ਵੀ ਕਾਫੀ ਪ੍ਰੋਡਕਟ ਅੱਜ ਕੱਲ੍ਹ ਲਾਂਚ ਹੋ ਚੁੱਕੇ ਆ। ਭੈਣ ਜੀ ਜਦੋਂ ਤੁਸੀਂ ਆਪਣਾ ਸਫ਼ਰ ਸ਼ੁਰੂ ਕੀਤਾ ਉਸ ਟਾਈਮ ਦੇ ਉੱਤੇ ਤੇ ਹੁਣ ਦੇ ਵਿੱਚ ਕਿੰਨਾ ਫਰਕ ਆਇਆ ਕਿਉਂਕਿ ਹੁਣ ਆਪਾਂ ਦੇਖ ਸਕਦੇ ਹਾਂ ਕਿ ਵਿਗਿਆਨ ਨੇ ਜਿੱਦਾਂ ਤਰੱਕੀ ਕਰ ਲਈ ਹੈਗੀ ਆ ਬਹੁਤ ਜ਼ਿਆਦਾ ਹਰਬਲ ਚੀਜ਼ਾਂ ਬਹੁਤ ਨਿਕਲ ਗਈਆਂ ਉਸ ਸਮੇਂ ਦਾ ਤੇ ਹੁਣ ਸਮੇਂ ਦਾ ਕਿੰਨਾ ਤੁਸੀਂ ਫਰਕ ਸਮਝਦੇ ਹੋ ਔਰ ਉਸ ਟਾਈਮ ਦੇ ਉੱਤੇ
ਬਿਊਟੀ ਦੇ ਵਿੱਚ ਥੋੜ੍ਹਾ ਜਿਹਾ ਮਾਂ ਬਾਪ ਜਿਹੜੇ ਹੈਗੇ ਆ ਅਕੜ ਕੇ ਜੇ ਗੁੱਸੇ ਜਿਹੇ ਦੇ ਵਿੱਚ ਹੁੰਦੇ ਹੁੰਦੇ ਸੀਗੇ, ਪਰ ਅੱਜ ਮਾਂ ਬਾਪ ਚਾਹੁੰਦੇ ਵੀ ਸਾਡੇ ਬੱਚੇ ਜਿਹੜੇ ਹੈਗੇ ਇਸ ਫੀਲਡ 'ਚ ਲੱਗਣ, ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਫੀਲਡ ਵੀ ਸਾਫ਼ ਸੁਥਰੇ ਆ। ਜਿਸ ਤਰੀਕੇ ਨਾਲ ਤੁਸੀਂ ਇੱਥੇ ਆਪਣੀ ਟ੍ਰੇਨਿੰਗ ਦੇ ਰਹੇ ਹੋ, ਪੂਰਾ ਬੱਚਿਆਂ ਨੂੰ ਪਰਿਪੱਕ ਹੋ, ਤੁਸੀਂ ਕਵਰ ਕਰਦੇ ਹੋ, ਆਪ ਉੱਥੇ ਰਹਿੰਦੇ ਹੋ, ਕੀ ਕਹਿਣਾ ਚਾਹੋਗੇ ਕਿ ਉਹ ਸਮਾਂ ਅਤੇ ਅੱਜ ਦਾ ਸਮਾਂ ਕਿੰਨਾ ਫਰਕ ਹੈ? ਹਾਂਜੀ, ਫਰਕ ਤਾਂ ਬਹੁਤ ਆ। ਜਿਸ ਵਕਤ ਮੈਂ ਖੁਦ ਵੀ ਕੰਮ ਸਿੱਖਿਆ ਸੀ, ਉਦੋਂ ਆਂਢ ਗੁਆਂਢ ਜੋ ਲੋਕ ਹੁੰਦੇ ਸੀ ਅਨਪੜ੍ਹ, ਉਹਦੇ 'ਚੋਂ ਕਾਫ਼ੀ ਇਹ ਕੰਮ ਨੂੰ ਚੰਗਾ ਨਹੀਂ ਸਮਝਦੇ। ਔਰ ਜਿਹੜੇ ਸਮੇਂ ਤੋਂ ਕਿ ਮੈਂ 15-20 ਸਾਲ ਦਾ ਕੰਮ ਕਰ ਰਹੀ ਹਾਂ ਔਰ ਆਪਣੇ ਪੈਰਾਂ 'ਤੇ ਖੜੀ ਹਾਂ, ਸ਼ਾਇਦ ਮੈਂ ਸਾਰੇ ਆਂਢ ਗੁਆਂਢ ਦੀ ਕੁੜੀਆਂ ਬੇਟੀਆਂ ਨਾਲ ਕਾਫ਼ੀ ਖੁਸ਼ ਹਾਂ ਅਤੇ ਕਾਫ਼ੀ ਕਮਾਈ ਕਰ ਰਹੀ ਹਾਂ, ਅਤੇ ਹੁਣ ਮੇਰੇ ਮਾਂ ਪਿਓ ਮੇਰੇ 'ਤੇ ਮਾਣ ਮਹਿਸੂਸ ਕਰਦੇ ਆ। ਔਰ ਉੱਧਰੋਂ ਸਹੁਰੇ ਘਰ 'ਚ ਵੀ ਜਾ ਕੇ ਬੰਦੇ ਦੀ ਜਿਹੜੀ ਵਜ੍ਹਾ ਵਜ੍ਹਾ ਹੁੰਦੀ ਆ, ਇੱਦਾਂ ਹੁਣ ਤੁਸੀਂ ਇੱਥੇ ਇੱਕ 3-story ਜਿਹੜੀ ਹੈਗੀ ਹੈ ਬਣਾਤਾ ਹੈਗਾ, ਔਰ ਇਹਦੇ 'ਚ ਸਾਰੀ ਬੈਕਬੋਨ ਤੁਸੀਂ ਹੋ, ਕਿਉਂਕਿ ਤੁਸੀਂ ਆਪਣੇ ਹਸਬੈਂਡ ਨੂੰ ਕਿਹਾ ਕਿ ਆਪਾਂ ਲਹਿੰਗਾ ਹਾਊਸ ਔਰ ਆਪਾਂ ਇੰਨਾ ਬੈਸਟ ਬਣਾ ਲਾਂਗੇ, ਔਰ ਇਹਦੇ ਨਾਲ ਹੁਣ ਜਦੋਂ ਅਗਲਾ ਦੇਖਦਾ ਤੇ ਤੁਹਾਡੇ ਵਾਲੀ ਗੱਲ ਸਹੀ ਹੈ ਵੀ ਗ੍ਰਾਫ ਜਿਹੜਾ ਹੈਗਾ ਉਹਨਾਂ ਕੁੜੀਆਂ ਦਾ ਉਹਨਾਂ ਵਧੇ ਨੇ। ਹਾਂਜੀ ਹਾਂਜੀ, ਉਹਨਾਂ ਦਾ ਨਹੀਂ ਵਧਿਆ। ਵੈਸੇ ਕਈ ਵਾਰ ਮੈਂ ਕੁਆਲੀਫਿਕੇਸ਼ਨ ਤਾਂ ਮੇਰੀ ਮੈਟ੍ਰਿਕ ਹੈ, ਬਸ ਜਿਵੇਂ ਕਿ ਕੰਮ ਵੱਧਦਾ ਗਿਆ ਐਕਸਪੀਰੀਅੰਸ ਵੱਧਦਾ ਗਿਆ ਕਿ ਮੈਨੂੰ ਬਹੁਤ ਫੀਲ ਹੁੰਦਾ ਸੀ, ਮੈਂ ਘਰ ਲੜ ਵੀ ਪੈਂਦੀ ਸੀ ਆਪਣੇ ਘਰਦਿਆਂ ਨੇ ਕਿ ਮੈਨੂੰ ਤੁਸੀਂ ਪੜ੍ਹਾਇਆ ਨਹੀਂ। ਬਟ ਅੱਜ ਮੈਂ ਸੋਚਦੀ ਵੀ ਕਈ BMA ਵਾਲੀਆਂ ਵੀ ਘਰ ਹੀ ਬੈਠੀਆਂ ਕੁਛ ਵੀ ਨਹੀਂ ਕਰ ਰਹੀਆਂ, ਔਰ ਅੱਜ ਕਿ ਮੈਨੂੰ ਆਪਣੀ ਕੁਆਲੀਫਿਕੇਸ਼ਨ ਦਿੰਦੇ ਹੁਣ ਅੱਜ ਦੁੱਖ ਨਹੀਂ ਹੋ ਰਿਹਾ ਹੈਗਾ, ਕਿਉਂਕਿ ਉਦੋਂ ਸਿਚੁਏਸ਼ਨ ਘਰ ਦੀ ਇੱਦਾਂ ਸੀ ਕਿ ਮੈਂ ਸ਼ਾਇਦ ਜ਼ਿਆਦਾ ਨਹੀਂ ਪੜ੍ਹ ਪਾਈ। ਭੈਣ ਜੀ, ਕੀ ਮੈਸੇਜ ਰਹੂਗਾ ਤੁਹਾਡਾ ਸਾਡੇ ਦੇਖਣ ਵਾਲੇ ਦਰਸ਼ਕਾਂ ਨੂੰ ਕਿ ਅਗਰ ਉਹ ਆਪਣੇ ਬੱਚਿਆਂ ਨੂੰ ਜਾਂ ਬੱਚਿਆਂ ਨੂੰ ਵੀ ਇੱਥੇ ਜੈਂਟਸ ਵੀ ਕਰਦੇ ਕਿ ਇਕੱਲੀ ਲੇਡੀਜ਼? ਨਹੀਂ, ਆਲ ਲੇਡੀਜ਼। ਕੀ ਕਹਿਣਾ ਚਾਹੋਗੇ ਭੈਣ ਜੀ ਕਿ ਆਪਣੇ ਉਹ ਬੱਚਿਆਂ ਨੂੰ ਇਸ ਫੀਲਡ 'ਚ ਪਾਉਣ, ਜਿਹਦੇ ਵਿੱਚ ਸੈਲਫ ਸਭ ਤੋਂ ਵੱਡੀ ਗੱਲ ਹੈ ਕਿ ਸੈਲਫ ਲਈ ਉਹਨਾਂ ਲਈ ਬੜਾ ਬਹੁਤ ਵੱਡੇ ਸਕੋਪਸ ਨੇ, ਘਰੇ ਵੀ ਬੰਦਾ ਕਿਤੇ ਵੀ ਅਗਰ ਇੰਡੀਆ 'ਚ ਵੀ ਰਹਿਣਾ, ਬਾਹਰ ਨਹੀਂ ਜਾਣਾ, ਕਿਤੇ ਵੀ ਆਪਣਾ ਖੋਲ੍ਹ ਕੇ ਅਤੇ ਆਪਣੀ ਰੋਜ਼ੀ ਰੋਟੀ ਜੋਗਾ ਬਣ ਸਕਦਾ। ਹਾਂਜੀ, ਮੈਂ ਤਾਂ ਸਾਰੇ ਮਾਂ ਪਿਓ ਨੂੰ ਇਹੀ ਗਾਈਡ ਕਰਦੀ ਕਿ ਆਪਣੇ ਬੱਚਿਆਂ ਨੂੰ, ਮੰਨ ਲਓ ਜਿੱਦਾਂ ਕਿ ਪੜ੍ਹਦੇ ਹੈਗੇ ਆ, ਉਹਨਾਂ ਨੂੰ ਪੜ੍ਹਾਈ ਦੇ ਨਾਲ ਨਾਲ ਕੋਈ ਵੀ ਕੰਮ ਸਿਖਾਓ ਇੱਦਾਂ ਦਾ ਕਿ ਉਹ ਜੋ ਆਪਣੀ ਲਾਈਫ ਦੇ ਵਿੱਚ ਕਾਮਯਾਬ ਹੋ ਸਕਣ, 4 ਪੈਸੇ ਕਮਾ ਸਕਣ, ਔਰ ਕਿਸੇ ਦੇ ਹੱਥਾਂ ਵੱਲ ਨਾ ਦੇਖਣ। ਥੈਂਕ ਯੂ ਭੈਣ। ਫੈਸ਼ਨ ਬਿਊਟੀ ਸਲੂਨ 'ਚ ਜੋ ਸਾਡਾ ਸਟਾਫ ਆ, ਜੋ ਮੇਰੀ ਵਾਈਫ ਆ, ਸਾਰਾ ਸਟਾਫ ਹੀ ਸਾਡੇ ਕਾਮਯਾਬ ਹੋਣ 'ਚ ਸਾਡੇ ਸਟਾਫ ਦਾ ਹੱਥ ਆ, ਮੇਰੀ ਵਾਈਫ ਦਾ ਹੱਥ ਆ। ਬਹੁਤ ਹੀ ਵਧੀਆ ਸਲੂਨ 'ਚ ਸਾਰੀ ਫੈਸ਼ਨੈਲਿਟੀ, ਲਹਿੰਗਾ, ਗਾਊਨ, ਸ਼ੇਰਵਾਨੀ, ਸਾਰਾ ਕੁਛ ਹੀ ਸਾਡੇ ਉਪਲਬਧ ਹੈ। ਸਾਰੀ ਟੀਮ, ਸਟਾਫ ਸਾਡਾ